ਸਤਿ ਸ਼੍ਰੀ ਅਕਾਲ ਪੰਜਾਬ ਭਾਰਤ ਤੇ ਅਮਰੀਕਾ ਦੀਆਂ ਇੰਗਲਿਸ਼ ਹਿੰਦੀ ਪੰਜਾਬੀ ਅਤੇ ਗੁਜਰਾਤੀ ਦੀਆਂ ਖਬਰਾਂ ਦੇ ਇੱਕਮਾਤਰ ਪੋਰਟਲ ਇੰਡੀਅਨ ਟਾਈਮਸ daily.com ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਵਿੱਚ ਤੁਹਾਨੂੰ ਸਥਾਪਿਤ ਕਾਰੋਬਾਰਾਂ ਅਤੇ ਸਾਧਨਾਂ ਦੀ ਜਾਣਕਾਰੀ ਵੀ ਮਿਲੇਗੀ। ਮੇਰਾ ਨਾਮ ਅਨੁਜਾ ਕਸ਼ਯਪ ਹੈ ਅਤੇ ਅੱਜ ਦੀਆਂ ਮੁੱਖ ਖਬਰਾਂ ਹਨ। ਪੰਜਾਬ ਵਿੱਚ ਵਿਵਾਦਿਤ SYL ਨਹਿਰ ਦੇ ਮੁੱਦੇ ਉੱਤੇ ਹਰਿਆਣਾ ਸਰਕਾਰ ਪੰਜਾਬ ਦੇ ਨਾਲ ਕੋਈ ਨਵੀਂ ਗੱਲਬਾਤ ਸ਼ੁਰੂ ਨਹੀਂ ਕਰੇਗੀ ਅਤੇ ਐਲੀਟ ਸਰਵਿਸ ਤੋਂ ਬੇਕਾਰ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਸਰਕਾਰ IAS ਅਧਿਕਾਰੀਆਂ ਦੇ ਸਰਵਿਸ ਰਿਕਾਰਡਸ ਦੀ ਸਮੀਖਿਆ ਕਰੇਗੀ। ਭਾਰਤ ਵਿੱਚ ਸੁਪਰੀਮ ਕੋਰਟ ਨੇ ਤਲਾਕ ਦੇ ਲਈ ਦਿੱਤੀ ਗਈ ਯਾਚਿਕਾਵਾਂ ਉੱਤੇ ਸੁਣਾਇਆ ਵੱਡਾ ਫੈਸਲਾ ਅਤੇ UN ਦੁਆਰਾ ਰੋਹਿੰਗਿਆ ਰਿਫਿਊਜੀਜ਼ ਦੇ ਪ੍ਰਤੀ ਕੇਂਦਰ ਦੇ ਦ੍ਰਿਸ਼ਟੀਕੋਣ ਦੀ ਆਲੋਚਨਾ ਉੱਤੇ ਸਰਕਾਰ ਹੈਰਾਨ। ਅਮਰੀਕਾ ਵਿੱਚ ਰਾਹੁਲ ਗਾਂਧੀ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਛਾਤਰਾਵਾਂ ਨੂੰ ਸੰਬੋਧਿਤ ਕਰਦੇ ਹੋਏ PM ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਅਤੇ ਬੈਂਗਲੁਰੂ ਵਿੱਚ ਜਨਮੇ ਸਾਇੰਟਿਸਟ ਅਨੰਤ ਸੁਰੇਸ਼ ਨੇ ਨਿਊਯਾਰਕ ਵਿੱਚ ਯੰਗ ਸਕਾਲਰ ਅਵਾਰਡ ਜਿੱਤਿਆ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਪੰਜਾਬ, ਭਾਰਤ ਤੇ ਅਮਰੀਕਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦ ਵਾਪਸ ਆਵਾਂਗੇ।